ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰ ਮੈਂ 6-7 ਮਹੀਨੇ ਤੋਂ ਆਪਣੀ ਮੰਮੀ ਦੇ ਨਾਲ ਸੀ ਉਹਨਾਂ ਦੀ ਕੇਅਰ ਕਰ ਰਹੀ ਸੀ ਤੁਸੀਂ ਹੁਣ ਪੜੋ ਪੜ ਕੇ ਨਾ ਮੇਰੇ ਡੈਡੀ ਦੀ ਵੀ ਡੈਥ ਹੋ ਚੁੱਕੀ ਹੈ ਹੁਣ ਪਰਮਾਤਮਾ ਹੈ ਹੁਣ ਜਿਹੜਾ ਜਿਹੜਾ ਦੁੱਖ ਦਿੰਦਾ ਉਹ ਹੌਸਲਾ ਵੀ ਦਿੰਦਾ ਹਾਂਜੀ ਤੁਸੀਂ ਪੀਐਚਡੀ ਕਰੋ ਫਿਰ ਤੁਹਾਨੂੰ ਪੀਐਚਡੀ ਮੁਤਾਬਕ ਹਸਪਤਾਲ ਪਹੁੰਚ ਕੇ ਭਗਵੰਤ ਮਾਨ ਮਰੀਜ਼ਾਂ ਦੀ ਹੱਥੀ ਸੇਵਾ ਕਰਦੇ ਨੇ ਤੇ ਕੱਲੇ ਕੱਲੇ ਮਰੀਜ਼ ਦੇ ਕੋਲ ਜਾ ਕੇ ਉਹਨਾਂ ਦੀ ਗੱਲ ਸੁਣਦੇ ਨੇ ਤੇ ਉਹਨਾਂ ਦੀ ਬਿਮਾਰੀ ਦਾ ਇਲਾਜ ਕਰਨ ਦਾ ਭਰੋਸਾ ਦਿੰਦੇ ਨੇ जे कितों चंडीगढ़ों करवाना पे चंडीगढ़ों करावांगे जे कितों भी करवाना पे इलाज करा दो हो गया कहता मैं ਬਲੱਡ ਲਾ ਕੇ ਥੋੜਾ ਹੀਮੋਗਲੋਬਿਨ ਅਪ ਚੱਕ ਦੀਏ।